ਅਸਲਾਮੁਅਲੈਕਮ ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੋ ਤੁਸੀਂ ਸਾਰੇ ਕਿਸੀ ਤਬੀਅਤ ਹੈ ਤੁਹਾਡੀ ਸਾਰਿਆਂ ਦੀ ਅੱਲਾਹ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ ਉਸਮਾਨ ਨੇ ਉਸ ਦਿਨ ਦੁਪੱਟੇ ਦੀ ਤਾਰੀਫ਼ ਕੀਤੀ ਕਿ ਬਾਜੀ ਤੁਸੀਂ ਆ ਜਿਹੜਾ ਲਾਇਆ ਦੁਪੱਟਾ ਇਸ ਤਰ੍ਹਾਂ ਲੈਂਦੇ ਹੋ ਤੇ ਭਈ ਇਹ ਅਸੀਂ ਵੀ ਇਸ ਤਰ੍ਹਾਂ ਦੇ ਲੈਣੇ ਹੁੰਨੇ ਸਗੋਟੀ ਜਿਹੜਾ ਲਾ ਕੇ ਲਾਂਦੇ ਹੁੰਦੇ ਸਨ ਤੇ ਉਹਦੇ ਤੇ ਉਸਮਾਨ ਨੇ ਇਹ ਤਾਰੀਫ਼ ਕੀਤੀ ਬਹੁਤ ਬਹੁਤ ਸ਼ੁਕਰੀਆ ਉਸਮਾਨ ਇਹ ਤੁਮ ਬਨੇ ਬਨਾਏ ਦੁਪੱਟੇ ਮਿਲਦੇ ਨੇ ਤੁਹਾਨੂੰ ਦੱਸ ਦਵਾਂ ਸਕਾਟ ਫਸਟਾਈਲ ਦੇ ਹੁੰਦੇ ਨੇ ਲੈ ਕਿਦਾਂ ਦਾ ਕਪੜਾ ਬੜਾ ਅੱਛਾ ਹੈ ਮਲਮਲ ਸਟਾਈਲ ਦਾ ਕਪੜਾ ਆਵੇ ਤੇ ਇਸ ਤੋਂ ਮੈਂ ਜ਼ਿਆਦਾਤਰ ਇਹ ਹੀ ਲੈਨੀ ਆ ਕਿਉਂਕਿ ਇਸ ਤੇ ਠਹਿਰ ਵੀ ਜਾਂਦਾ ਵੇ ਫਿਰ ਬਾਰ-ਬਾਰ ਸਲਿੱਪ ਨਹੀਂ ਹੁੰਦਾ ਜਿਹੜੇ ਜਾਰਜ ਆਫ ਜਿਹੜੇ ਦੁਬੱਟੇ ਨੇ ਉਹ ਜ਼ਿਆਦਾ ਸਲਿੱਪਰੀ ਹੁੰਦੇ ਨੇ ਇਸਰਾ ਇਹ ਮੈਂ ਜ਼ਿਆਦਾਤਰ ਇਹ ਲੈਨੀ ਆ ਇਸ ਤੋਂ ਮੁੱਖਲਿਫ ਕਲਰਾਂ ਦੇ ਮਿਲ ਜਾਂਦੇ ਨੇ ਪਰ ਅੱਜ ਕੱਲ ਇਹ ਗੋਟੀ ਵਾਲੇ ਨਹੀਂ ਪੇ ਮਿਲਦੇ ਇਹਨਾਂ ਦੀ ਸ਼ਾਰਟੇਜ ਹੋ ਗਈ ਜਿੰਨੇ ਕਲਰ ਮੈਂ ਲੈ ਸਕੀ ਉਹਨਾਂ ਦੇ ਨਾਲ ਸ ਮੈਂ ਲੈ ਲੈ ਸਰ ਕਿ ਉਹ ਜਾਣੀ ਆ ਤੇ ਕਰਨੀ ਹੈ ਲੇਕਿਨ ਉਹ ਕਹਿੰਦੇ ਨੇ ਕਿ ਦੂਸਰੇ ਬਹੁਤ ਨਵੇਂ ਨਵੇਂ ਡਿਜ਼ਾਈਨ ਆ ਗਏ ਨੇ ਲੇਕਿਨ ਗੋਟੀ ਵਾਲੇ ਜੜੇ ਨੇ ਇਹ ਛੋਟੀ ਜਿਹੀ ਗੋਟੀ ਲੱਗੀ ਹੈ ਇਹ ਮੈਨੂੰ ਬੜਾ ਪਸੰਦ ਆ ਦੇ ਕਿਉਂਕਿ ਸਾਡੇ ਬਚਪਨ ਦੀਆਂ ਯਾਦਾਂ ਵੀ ਤੇ ਗੋਟੇ ਦੇ ਨਾਲ ਹੀ ਵਾਪਸ ਆ ਰਹੇ ਨਾ ਤੇ ਉਹ ਅੱਜ ਕੱਲ ਮਿਲਦੇ ਨਹੀਂ ਪਏ ਆ ਜਾਣਗੇ ਕਿਉਂਕਿ ਇੱਕ ਵਸਾ ਚੀਜ਼ ਖਤਮ ਹੁੰਦੀ ਹੈ ਦੁਬਾਰਾ ਆ ਜਾਂਦੀ ਇਸ ਤੋਂ ਮੈਂ ਫਿਰ ਜਾਣੀ ਆ ਤੇ ਗੋਟੀ ਵਾਲੇ ਮੇਰੇ ਕੋਲ 5 6 7 ਕਲਰ ਨੇ ਤੇ ਉਹ ਫਿਰ ਮੈਂ ਲੈ ਲੈਣੀ ਆ ਇੱਕ ਮੇਰੇ ਕੋਲ ਐਵੀ ਕਲਰ ਹੈ ਤੇ ਤੇ ਵੀ ਲੱਗਿਆ ਇੱਕ ਪਿੰਕ ਕਲਰ ਦਾ ਇੱਕ ਗ੍ਰੀਨ ਕਲਰ ਦਾ ਬਲੂ ਕਲਰ ਇਹ ਇੱਕ ਬਿਲਕੁਲ ਆਫ ਵਾਈਟ ਕਲਰ ਦਾ ਵੀ ਇੱਕ ਵਾਈਟ ਕਲਰ ਦਾ ਵੀ ਤੇ ਪਰ ਅੱਜ ਮੌਜੂਦ ਦੇ ਹਿਸਾਬ ਦੇ ਨਾਲ ਵੀ ਬਈ ਦੁਪੱਟੇ 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 ਮੌਖਲੇਫ ਕਲਰ ਕੇ ਦੁਪੱਟੇ ਦੇਖ ਲਓ ਭਾਈ ਤੇ ਇਹ ਤੇ ਮੇਰੇ ਉੱਪਰ ਹੀ ਪਏ ਹਨ ਮੈਂ ਐਵੇਂ ਵੀ ਬਸ ਤੁਹਾਨੂੰ ਦਿਖਾ ਰਹੀ ਹਾਂ ਅਜ ਤੈ ਕਰਕੇ ਰੱਖ ਦੇਣੀ ਆ ਸਭ ਤੋਂ ਪਹਿਲੇ ਮੈਂ ਕਮੈਂਟ ਜ਼ਰਾ ਪੜ ਦਵਾ ਉਸ ਤੋਂ ਬਾਅਦ ਅਸੀਂ ਆਪਣੇ ਮੌਜੂਦੀ ਤਰਫ ਆਨੇ ਆਂ ਰੰਗ ਪਰ ਸੇ ओ रंग बरसे भीगे चुनर वाली रंग बरसे ओ रंग बरसे भीगे चुनर वाली रंग बरसे तो चलो भाई <laughs> अमित आपने छोड़ लिया तो डंडा लेके मारेगा मेरे गाड़े ने हशर्की कीता होई ते आ, ਸੈਦ இஸ்ਮਾਇਲ ਸਾਬ ਨੇ ਮੈਸੇਜ ਕੀਤਾ ਮੈਨੂੰ ਬਹੁਤ ਬਹੁਤ ਸ਼ੁਕਰੀਆ ਆਪੀ ਲਿਖਦੇ ਨੇ ਤੇ ਮੈਨੂੰ ਬੜਾ ਹੀ ਚੰਗਾ ਲੱਗਦਾ ਵੇ ਆਪੀ ਜੀ ਟਟ ਪੈਣੇ WhatsApp ਦੇ ਤੇ Instagram ਤੇ Eid ਦੀਆਂ Eid ਕਾਰਡ ਦੀਆਂ ਰੌਣਕਾਂ ਹੀ ਖਤਮ ਕਰ ਦਿੱਤੀਆਂ ਜੀ ਵਾਕਈ ਇਹਨਾਂ ਨੇ ਠੀਕ ਕਿਹਾ ਵੇ ਤੇ ਸ਼ਬੀਰ ਹੁਸੈਨ ਜਿਹੜੇ ਕਹਿੰਦੇ ਨੇ ਅਸਲਾਮੁਅਲੈਕੁਮ ਜਦੋਂ ਅਸੀਂ ਛੋਟੇ ਹੁੰਦੇ ਸੀ ਫਿਲਮ ਐਕਟਰ ਦੇ ਪੋਸਟ ਕਾਰਡ ਬਿੰਦੇ ਸੀ 1 ਰੁਪਏ ਦਾ ਇੱਕ ਪੋਸਟ ਕਾਰਡ ਅਸੀਂ ਸੋਨੇ ਸੋਨੇ ਐਕਟਰਾਂ ਦੇ ਪੋਸਟਕਾਰਡ ਖਰੀਦ ਕੇ ਆਪਣੇ ਦੋਸਤਾਂ ਨੂੰ ਈਦ ਮੁਬਾਰਕ ਕਹਿ ਦਿੰਦੇ ਸੀ ਫਿਰ ਵੱਡੇ ਹੋਏ ਤੇ ਈਦ ਕਾਰਡ ਵੀ ਦੇਣ ਲੱਗ ਗਏ ਇੱਕ ਈਦ ਕਾਰਡ ਹੁੰਦਾ ਸੀ ਜਦੋਂ ਖੋਲੋ ਤੇ ਮਿਊਜ਼ਿਕ ਵੱਜਦਾ ਸੀ ਤੇ ਉਸ ਵੇਲੇ 50 ਰੁਪਏ ਦਾ ਮਿਲਦਾ ਸੀ ਭਾਈ ਭਾਈ ਬੁੱਕ ਡਿਪੂ ਮੂਨ ਮਾਰਕੀਟ ਅਕਬਰ ਟਾਊਨ ਲਾਹੌਰ ਤੋਂ ਖਰੀਦਣਾ ਛੋਟੇ ਗਿਫਟ ਉਥੋਂ ਲੈਣੇ ਲੈਣੇ ਬਹੁਤ ਮਜ਼ਾ ਕੀਤਾ ਸੀ ਬਚਪਨ ਵਿੱਚ ਆਕੀ ਬਚਪਨ ਦੀਆਂ ਯਾਦਾਂ ਤੇ ਉਹ ਹਰ ਇੱਕ ਨੋਜ਼ਾਰੇ ਆਪਾਂ ਕਰ ਦਿੰਦੀਆਂ ਨੇ ਕਿ ਮੈਂ ਅਗਰ ਆਪਣਾ ਕੋਈ ਕਿੱਸਾ ਸੁਣਾਣੀ ਆ ਤੇ ਤੁਹਾਨੂੰ ਵੀ ਫੌਰਨ ਆਪਣੇ ਬਚਪਨ ਦੀ ਉਸ ਹਵਾਲੇ ਦੇ ਨਾਲ ਯਾਦ ਆ ਜਾਂਦੀ ਹੈ ਤੇ ਇਤਕਾਰ ਦੇ ਹਵਾਲੇ ਦੇ ਨਾਲ ਉਸ ਮਾਂ ਨੇ ਵੀ ਲਿਖਿਆ ਕਿ ਬਾਜੀ ਜਿਹੜੇ ਅਸੀਂ ਕੀ ਕਹਿੰਦੇ ਨੇ ਇੰਨਾ ਪਿਆਰ ਦੇਣ ਦਾ ਬਹੁਤ-ਬਹੁਤ ਸ਼ੁਕਰੀਆ ਅੱਲਾਹ ਤਾਲਾ ਤੁਹਾਨੂੰ ਹਸਾ ਰੱਖੇ ਬਹੁਤ ਸ਼ੁਕਰੀਆ ਜੀ ਤੁਸੀਂ ਤੇ ਉਹ ਕਹਿੰਦੀ ਵਾਕਈ ਅਸੀਂ ਵੀ ਬੀ ਦੋਸਤਾਂ ਨੂੰ ਇਸ ਤਰ੍ਹਾਂ ਹੀ ਪੁੱਛ-ਪੁੱਛ ਕੇ ਬਚਕਾਨਾ ਇਸ ਤਰ੍ਹਾਂ ਦੇ ਅਸੀਂ ਲਿਖਨੇ ਹੁੰਨੇ ਸਾਂ ਜਿਹੜੀ ਸ਼ੇਅਰ ਤੇ ਤੁਹਾਡੇ ਕਮੈਂਟ ਦਾ ਬਹੁਤ-ਬਹੁਤ ਸ਼ੁਕਰੀਆ ਕਿਉਂਕਿ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦ ਤੁਸੀਂ ਕਮੈਂਟ ਕਰਦੇ ਹੋ ਨਾ ਤੇ ਇੱਕ ਸਾਡਾ ਤਾਲੁਕ ਬਣਦਾ ਵੇ ਉਹਨੂੰ ਜੋ ਅੱਛਾ ਲੱਗਦਾ ਵੇ ਤੇ ਚਲੋ ਵੀ ਤੁਸੀਂ ਵੀਡੀਓ ਦੇਖੀ ਤੁਸੀਂ ਕਮੈਂਟ ਕੀਤਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਭਈ ਅੱਜ ਪਤਾ ਨਹੀਂ ਕਿਉਂ ਪਸੀਨਾ ਪਿਆ ਆਂਦਾ ਹਾਲਕਾ ਠੰਡ ਤੇ ਬਾ ਖਾਸੀ ਹੈ ਪਰ ਇਹ ਵੀ ਪਸੀਨਾ ਪਿਆ ਆਂਦਾ ਵੇ ਤੇ ਅਸੀਂ ਆਪਣੇ ਬਚਪਨ ਦੇ ਮੌਜੂਦ ਇਸ ਤਰ੍ਹਾਂ ਆਨੇ ਹਜ਼ਰ ਮਰਦਾ ਮਰਦ ਹਜ਼ਰਤ ਦਾ ਇਸ ਮੌਜੂਦ ਨਾਲ ਥੋੜਾ ਜਿਹਾ ਘੱਟ ਹੀ تعلق ਹੈ ਪਰ ਸੁਣ ਲਵੋ ਫਿਰ ਕੀ ਹਰਜ ਸੁਣਨ ਚ ਤਾਂ ਕੋਈ ਹਰਜ ਨਹੀਂ ਹੈ ਨਾ ਕਦੀ ਕਦੀ ਮਰਦਾਂ ਦੀ ਵੀ ਡਿਊਟੀਆਂ ਲੱਗਦੀਆਂ ਹੁੰਦੀਆਂ ਸਨ ਸਰ ਡਿਊਟੀ ਤਾਂ ਮਰਦ ਹੀ ਜਾਂਦੇ ਸਨ ਤੇ ਉਹ ਸੀ ਕਿ ਜਦੋਂ ਤੁਸੀਂ ਦੁਪੱਟੇ ਰੰਗਵਾਣ ਵਾਸਤੇ ਜਾਂਦੇ ਸਨ ਤੇ ਉਹ ਰੰਗ ਰੇਜ਼ ਦੇ ਕੋਲ ਜਾਣਾ ਪੈਂਦਾ ਸੀ ਕਿ ਰੰਗ ਵਾਲੇ ਕੋਲ ਜਾਂਦੇ ਸਾਂ ਡੁਪ ਚਿੱਟੇ ਦੁਪੱਟਿਆਂ ਦਾ ਹੁੰਦਾ ਸੀ ਫੈਸ਼ਨ ਉਸ ਸਮਾਂ ਵਿੱਚ ਕਿ ਜ਼ਿਆਦਾਤਰ ਚਿੱਟੀ ਸ਼ਲਵਾਰ ਤੇ ਚਿੱਟਾ ਦੁਪੱਟਾ ਜਿਹੜੇ ਸਾਡੇ ਮੈਂ ਆਪਣੀ ਦਾਦੀ ਨੂੰ ਵੀ ਦੇਖ ਨਹੀਂ ਸਾਂ ਜੇ ਸਾਡੀ ਅੰਮੀ ਹੋਰਾਂ ਦੇ ਇਸ ਦੇ ਇਸ ਤਰ੍ਹਾਂ ਪਰ ਐਵੇਂ ਕਿ ਫਿਰ ਦੁਪੱਟਾ ਜੇ ਕਿਸੇ ਸੂਟ ਨਾਲ ਰੰਗਾਣਾ ਵਿੱਚ ਰੰਗ ਰੇਜ਼ ਦੇ ਕੋਲ ਜਾਣਾ ਪੈਂਦਾ ਸੀ ਕੋਈ ਸ਼ਲਵਾਰ ਰੰਗਾਣੀ ਮਤਲਬ ਕੁਝ ਵੀ ਤੁਸੀਂ ਮੈਚਿੰਗ ਕਰਨੀ ਹੈ ਤੇ ਤੁਹਾਨੂੰ ਰੰਗ ਵਾਲੇ ਕੋਲ ਜਾਣਾ ਪੈਂਦਾ ਸੀ ਰੰਗ ਰੇਜ਼ ਵੀ ਕਹਿੰਦੇ ਨੇ ਰੰਗ ਵਾਲਾ ਵੀ ਕਹਿ ਦਿੰਦੇ ਨੇ ਤੇ ਉਹਦੇ ਕੋਲ ਜਾਣਾ ਤੇ ਉਹਨੇ ਫਿਰ ਕੇ ਕਹਿੰਦੇ ਨੇ ਰੰਗ ਦੇ ਦੇਣਾ ਨਾਲ ਇਨੀ ਕਿ ਕਿਤਰਾਂ ਦਿੱਤੀ ਜਾਂਦੀ ਸੀ ਬਈ ਚੰਗੀ ਤਰ੍ਹਾਂ ਮੈਚਿੰਗ ਕਰ ਦਵੀ ਤਾਂ ਕਿਤਰੋਂ ਦੇਖ ਕੇ ਆ ਜਾਣਾ ਉਹਨੇ ਫਿਰ ਮੈਚ ਕਰਕੇ ਤੁਹਾਨੂੰ ਕਰ ਦੇਣਾ ਤੇ ਉੱਥੇ ਤੇ ਪੂਰੇ ਰੰਗ ਬਰੰਗੇ ਦੁਪੱਟਿਆਂ ਦੇ ਜ਼ਾਇਰ ਢੇਰ ਲੱਗੇ ਹੁੰਦੇ ਸਨ ਪਰ ਜਦੋਂ ਘਰ ਵੀ ਲਿਆ ਕੇ ਕਦੀ ਕਦੀ ਘਰ ਵੀ ਔਰਤਾਂ ਜ਼ਿਆਦਾਤਰ ਔਰਤਾਂ ਘਰ ਕੋਈ ਦੁਪੱਟਾ ਰੰਗਣਾ ਜੋ ਵੀ ਰੰਗ ਲੈ ਕੇ ਆ ਜਾਓ ਤੇ ਸਾਡੇ ਫੁੱਫੋ ਨੇ ਵੀ ਕਹਿਣਾ ਕੋਈ ਦੁਪੱਟਾ ਰੰਗਣਾ ਸਾਡੀ ਅੰਮੀ ਨੇ ਕਹਿਣਾ ਵੀ ਚਲੋ ਰੰਗ ਲੈ ਆਵੋ ਰੰਗ ਇਸ ਤਰ੍ਹਾਂ ਮਿਲ ਵੀ ਜਾਂਦਾ ਹੁੰਦਾ ਸੀ ਰੰਗ ਰੇਸ ਕੋ ਜਾਣਾ ਅਸੀਂ ਦੌੜ ਕੇ ਜਾਣਾ ਸਾਨੂੰ ਕਹਿਣਾ ਤੇ ਅਸੀਂ ਦੌੜ ਕੇ ਜਾਣਾ ਉਹਨਾਂ ਦੇ ਇੱਕ ਅਡਾ ਵੱਡਾ ਲੱਕੜ ਦਾ ਟਰੇ ਹੁੰਦਾ ਸੀ ਟਰੇ ਸਟਾਈਲ ਦੇ ਉਹਦੇ ਵਿੱਚ ਡੱਬੀਆਂ ਵਿੱਚ ਰੰਗ ਪਾ ਕੇ ਰੱਖੇ ਹੁੰਦੇ ਸਨ ਛੋਟੇ ਛੋਟੇ ਚਮਚੇ ਹੁੰਦੇ ਸਨ ਉਹਦੇ ਵਿੱਚ ਤੇ ਫਿਰ ਅਸੀਂ ਜਿਹੜਾ ਰੰਗ ਚਾਹੀਦਾ ਹੁੰਦਾ ਸੀ ਕਹਿੰਦੇ ਸਾਬ ਜੀ ਦੇ ਦਿਓ ਚਾਚਾ ਵਾਲਾ ਰੰਗ ਦੇ ਦੇ ਉਹਨੇ ਫਿਰ ਇੱਕ ਪੁੜੀ ਕਾਗਜ਼ ਅਖਬਾਰ ਦੀ ਪਾੜਨੀ ਪੁੜੀ ਉਹਦੇ ਵਿੱਚ ਰੰਗ ਪਾੜਾ ਚਮਚੇ ਦੇ ਨਾਲ ਉਹ ਜਿੰਦਾ ਮੰਗਣਾ 5 ਰੁਪਏ ਦਾ 2 ਰੁਪਏ ਦਾ ਤੇ 1 ਰੁਪਏ ਦਾ ਤੇ ਉਹ ਫਿਰ ਸਬ ਪੁੜੀ ਜੀ ਬਣਾ ਕੇ ਤੋਤਾ ਗਾਵਲੇਟ ਕੇ ਸਾਡੇ ਹੱਜ ਪੂੜੀ ਫੜਾ ਦਿੱਤੀ ਜਾਂਦੀ ਸੀ ਕਿ ਲਓ ਬਈ ਲੈ ਲਓ ਸ਼ਾਪਰ ਵਗੈਰਾ ਉਸ ਜ਼ਮਾਨੇ 'ਚ ਹੁੰਦੇ ਨਹੀਂ ਸਨ ਅਸੀਂ ਬੜੀ احتیاط ਕਰ ਪੂਰੇ ਕਣਾ ਸਾਰਾ ਰੰਗ ਪਾੜ ਸੁੱਟ ਕੇ ਨਾ ਆ ਜਾਈਓ ਬਾੜ ਨਾ ਦੇਈਓ ਆਰਾਮ ਨਾਲ ਲੈ ਕੇ ਆਈਓ ਓਵਰਲ ਆ ਕੇ ਅਸੀਂ ਬੜੇ ਵੈਸੇ ਬੜੇ ਬਰਦਾਰ ਕਿਸਮ ਦੇ ਅਸੀਂ ਬੱਚੇ ਸੀ ਕਿ ਅਸੀਂ ਫੋ ਪਾੜਦੇ ਨਹੀਂ ਹੁੰਦੇ ਸਾਨੂੰ ਬੜੇ ਹੱਤਿਆਰ ਨਾਲ ਆ ਕੇ ਦੇ ਦੇਣਾ ਤੇ ਉਹ ਫਿਰ ਐਡਾ ਸੜ ਕੜਾਇਆ ਚੜ ਜਾਂਦਾ ਸੀ ਤੇ ਉਹਦੇ ਵਿੱਚ ਫਿਰ ਰੰਗ ਪਾਇਆ ਜਾਂਦਾ ਸੀ ਤੇ ਨਾਲ ਜਿੱਥੇ ਤੱਕ ਮੇਰਾ ਖਿਆਲ ਹੈ ਸ਼ਾਇਦ ਨਮਕ ਪਾਇਆ ਜਾਂਦਾ ਸੀ ਇਹ ਮੈਨੂੰ ਬਿਲਕੁਲ ਯਾਦ ਨਹੀਂ ਕਿਉਂਕਿ ਬਚਪਨ ਦੀ ਯਾਦਾਂ ਨੇ ਤੇ ਉਹਦੇ ਵਿੱਚ ਫਿਰ ਰੰਗ ਪਾ ਕੇ ਨਾ ਤੇ ਉਹ થોੜਾ دمਕ ਪਾਉਂਦੇ ਸਨ ਸ਼ਾਇਦ ਪਾਣੀ ਨੂੰ ਗਰਮ ਕੀਤਾ ਜਾਂਦਾ ਸੀ ਪਾਣੀ ਉਹ ਜਾਂਦਾ ਸੀ ਫਿਰ ਦੁਪट्टे ਦਾ ਕੋਨਾ ਲੈ ਕੇ ਨਾ ਫਿਰ ਥੋੜਾ ਜਿਹਾ ਰੰਗ ਵਿੱਚ ਪਿਉਆ ਜਾਂਦਾ ਸੀ ਪਹਿਲੋਂ ਕੋਨਾ ਪੂਰਾ ਦੁਪੱਟਾ ਦਾ ਕੋਨਾ ਲੈ ਕੇ ਡਬੋ ਕੇ ਫਿਰ ਦੇਖਣਾ ਕਿ ਹਾਂ ਬਈ ਐਸ ਬਰਾਬਰ ਦਾ ਰੰਗ ਆ ਗਿਆ ਵੇ ਨਹੀਂ ਥੋੜਾ ਜਿਹਾ ਰੰਗ ਅਗਰ ਹੋਰ ਪਾਣ ਦੀ ਜ਼ਰੂਰਤ ਹੈ ਤੇ ਥੋੜਾ ਜਿਹਾ ਰੰਗ ਹੋਰ ਪਾਣਾ ਵੇ ਅਗਰ ਰੰਗ ਜ਼ਿਆਦਾ ਪੈ ਗਿਆ ਥੋੜਾ ਜਿਹਾ ਉਹਨੂੰ ਫਿਰ ਕੱਟ ਕਰਨਾ ਪਾਣੀ ਨੂੰ ਇਸ ਤਰ੍ਹਾਂ ਫਿਰ ਪੂਰੀ ਪਹਿਲੋਂ ਕੋਨੇ ਨੂੰ ਲੈ ਕੇ ਡਬੋ ਡਬੋ ਕੇ ਇੱਕ ਮੈਚਿੰਗ ਕਰ ਲਈ ਜਾਂਦੀ ਸੀ ਕਿ ਹਾਂ ਬਈ ਹੁਣ ਠੀਕ ਕਲਰ ਆਣਾ ਹੈ ਬਸ ਫੇ ਪੂਰਾ ਡੰਡਾ ਦੁਪੱਟਾ ਉਹਦੇ ਵਿੱਚ ਪੈ ਜਾਂਦਾ ਸੀ ਤੇ ਡੰਡੇ ਦੇ ਨਾਲ ਨਾ ਡੰਡੀ ਲੈ ਕੇ ਉਹਨੂੰ ਐਸਾ ਹਲਾਇਆ ਜਾਂਦਾ ਸੀ ਚੰਗੀ ਤਰ੍ਹਾਂ ਹਲਾਣਾ ਹਲਾਣਾ ਔਰ ਉਸ ਤੋਂ ਬਾਅਦ ਫਿਰ ਉਹ ਜਦੋਂ ਹੋ ਜਾਣਾ ਉਹਨੂੰ ਤੇ ਫਿਰ ਉਹਨੂੰ ਕੱਢ ਕੇ ਉਹ ਕਲਰ ਰੋੜ ਦਿੱਤਾ ਜਾਂਦਾ ਸੀ ਤੇ ਬਾਕੀ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਪਾੜਨਾ ਤੇ ਛੰਡ ਛੰਡ ਕੇ ਦੁਪੱਟਾ ਤਾਰ ਤੇ ਪਾ ਦੜਾ ਇੰਨੇ ਸੋਹਣੇ ਘਰ ਵਿੱਚ ਵੀ ਔਰਤਾਂ ਕਲਰ ਕਰ ਲੈਂਦੀਆਂ ਸਨ ਨਹੀਂ ਤੇ ਰੰਗ ਰੇਸ ਦੇ ਕੋਲ ਜਾਣਾ ਪੈਂਦਾ ਸੀ ਇਸ ਜ਼ਮਾਨੇ ਨੇ ਕੈਸੀ ਰੰਗ ਦੇ ਮuje ਰੰਗ ਦੇ ਰੰਗ ਦੇ ਰੰਗ ਦੇ ਤੇ ਰੰਗ ਦੇ ਰੰਗ ਦੇ ਰੰਗ ਦੇ ਤੇ ਹੁਣ ਜ਼ਮਾਨਾ ਕੀ ਬਦਲ ਗਿਆ ਵੇ ਕਿ ਹੁਣ ਮੇਰਾ ਖਿਆਲ ਹੈ ਮੇਰਾ ਖਿਆਲ ਹੈ ਕਿ ਰੰਗ ਗਰੇਸ ਉਹਨਾਂ ਦੇ ਕੰਮ ਬਹੁਤ ਘੱਟ ਰਹਿ ਗਿਆ ਅਗਰ 100 ਦੀ ਤਰ੍ਹਾਂ ਦੁਕਾਨਾਂ ਸਨ ਤਾਂ ਹੁਣ ਸ਼ਾਇਦ 10 12 ਬਚੀਆਂ ਹੋਣੀਆਂ ਨੇ ਕਿਉਂਕਿ ਹੁਣ ਲੋਕ ਮੈਚਿੰਗ ਦੇ ਦੁਪੱਟੇ ਮਿਲ ਜਾਂਦੇ ਨੇ ਰੰਗੀਆਂ ਰੰਗਾਈਆਂ ਚੀਜ਼ਾਂ ਅਗਰ ਤੁਸੀਂ ਆਪਣੇ نیچے ਜਿਹੜੇ ਪਾਉਂਦੇ ਹੋ ਸ਼ਮੀਜ਼ ਵਗੈਰਾ ਇਹਦੀ ਵੀ ਮੈਚਿੰਗ ਪਹਿਲੇ ਲੋਕ ਚਲੋ ਉਹੀ ਰੰਗਾ ਲੈਂਦੇ ਸਨ ਕਪੜਾ ਉਹ ਵੀ ਹੁਣ ਜ਼ਿਆਦਾਤਰ ਹਰ ਸ਼ੈ ਦੀ ਤੁਹਾਨੂੰ ਮੈਚਿੰਗ ਮਿਲ ਜਾਂਦੀ ਹੈ 3 ਪੀਸ ਸੂਟ ਆ ਗਏ ਨੇ بڑے ਬਣਾਏ ਦੁਪੱਟੇ ਆ ਗਏ ਨੇ ਟਾਈ ਐਂਡ ਡਾਈ ਦੁਪੱਟੇ ਆ ਗਏ ਨੇ ਤੇ ਹੁਣ ਤੁਹਾਨੂੰ ਰੰਗਰੇਜ਼ ਦੇ ਕੋਲ ਜਾਣ ਵਾਸਤੇ ਬਹੁਤ ਘੱਟ ਜ਼ਰੂਰਤ ਪੈਂਦੀ ਹੈ ਪਹਿਲੇ ਮੈਂ ਵੀ ਸਾਡੇ ਚ ਹైదరాబాద్ ਮਾਰਕੀਟ ਹੈ ਮੈਨੂੰ ਆਪਣੇ ਬਚਪਨ ਦੀ ਕਾਚੀ ਦੀ ਹਵਾ ਲੈਣਾ ਵੀ ਯਾਦ ਹੈ ਕਿ ਅਸੀਂ ਜਾਂਦੇ ਹੁੰਨੇ ਸਾਂ ਮਾਰਕੀਟ ਸੌਦਾਬਾਦ ਮਾਰਕੀਟ ਸੀ ਉੱਥੇ ਇੰਨੇ ਬੱਟੇ ਤੇ ਜ਼ਿਆਦਾਤਰ ਤੇ ਘਰ ਵੇਚੀ ਸਾਡੇ ਪਪੋ ਅਮੀ ਰੰਗਦੇ ਹੁੰਦੇ ਸਨ ਸਾਨੂੰ ਸਿਰਫ ਸਾਡੀ ਡਿਊਟੀ ਹੁੰਦੀ ਸੀ ਜਾਓ ਜਾ ਕੇ ਰੰਗ ਲੈ ਕੇ ਆ ਜਾਓ ਅਸੀਂ ਰੱਖੇ ਹੋਏ ਸਾਂ ਜੀ ਬਰਫ਼ ਲੈ ਆਵੋ ਤੇ ਰੰਗ ਲੈ ਆਵੋ ਇਹ ਲੈ ਆਵੋ ਅਸੀਂ ਖਾਦਮ ਕਿਸਮ ਦੇ ਬੱਚੇ ਸਾਤੇ ਅਸੀਂ ਕਹਿੰਦੇ ਸਾਂ ਵੀ ਠੀਕ ਹੈ ਸਾਨੂੰ ਚਵਾਨੀ ਦੇ ਦੇਵੋ ਤੇ ਜੋ ਮਰਜ਼ੀ ਜਿੱਤੇ ਭੇਜ ਦਵੋ ਅਸੀਂ ਚਵਾਨੀ ਦੇ ਲਾਲਚ ਵਿੱਚ ਸਾਰੇ ਕੰਮ ਕਰਦੇ ਹੁੰਦੇ ਸਾਂ ਤੇ ਉਹ ਫਿਰ ਉਹ ਜ਼ਮਾਨੇ ਨਾਇਆਬ ਹੋਏ ਕਿ ਜਦੋਂ ਔਰਤਾਂ ਘਰਾਂ ਵਿੱਚ ਹੀ ਰੰਗ ਕਰ ਲੈਂਦੀਆਂ ਸਨ ਦੁਪੱਟਿਆਂ ਨੂੰ ਉਹ ਜਿਹੜਾ ਚੋਲਾ ਦੀ ਪੇਛੇ ਜਿਹੜੀ ਹੁੰਦੀ ਸੀ ਨਾ ਚੋਲ ਬਾਲ ਨੇ ਉਹਦੀ ਪੇਛ ਪਾਣੀ ਜਿਹੜਾ ਵੇ ਇੱਕ ਬਾਟੀ ਚ ਪਾ ਲੈਣਾ ਉਹਦੇ ਵਿੱਚ ਫਿਰ ਮਲਮਲ ਦੇ ਦੁਪੱਟੇ ਪਿਉ ਕੇ ਜਾਂ ਜਿਹੜਾ ਵੀ ਨਾ ਉਹਨੂੰ ਫਿਰ ਐਸਾ ਬਲ ਪਾ ਦੇਣੇ ਉਹ ਚੁੜਿਆ ਹੋਇਆ ਦੁਪੱਟਾ ਜਿਹਨੂੰ ਕਹਿੰਦੇ ਸਰ ਉਹ ਘਰਾਂ 'ਚ ਹੀ ਬਣਦਾ ਸੀ ਉਹਦੇ ਸਿ ਪਿਉ ਦੇਣਾ ਤੇ ਦੋ ਕੁ ਹੀ ਜਾਂ ਪਰਣਾ ਇੱਕ ਪਾਸੇ ਦਾ ਕਰਕੇ ਉਹਨੂੰ ਐਸਾ ਬਰੋੜੇ ਦੇ ਕੇ ਤੇ ਉਹਨੂੰ ਦੁਪੱਟੇ ਨੂੰ ਐਸਾ ਕਰਕੇ ਚਲੋ ਜੀ ਉਹ ਸੱਪ ਜਿਆ ਬਣਾ ਕੇ ਉਹਦਾ ਜ਼ੋਰ ਦੀ ਬਰਬੜੋ ਜ਼ੋਰ ਦੀ ਕਰੋ ਜ਼ੋਰ ਦੀ ਕਰੋ ਇੰਨੀ ਜ਼ੋਰ ਦੀ ਕਰਨਾ ਸਾਰਾ ਗੁੱਸਾ ਉਹਦੇ ਤੇ ਲਾ ਦੇਣਾ ਤੇ ਫਿਰ ਉਹਨੂੰ ਰੱਸੀ ਤੇ ਟੰਗ ਦਿੱਤਾ ਜਾਂਦਾ ਸੀ ਉਹਦੋਂ ਇੱਕ ਦੋ ਦਿਨ ਲੱਗ ਕੇ ਉਹ ਅੰਦਰ ਸੁੱਕ ਜਾਂਦਾ ਸੀ ਖੋਲਣਾ ਤੇ ਉਹ ਸਾਰਾ ਚੌਣ ਵਾਲਾ ਦੁਪੱਟਾ ਤਿਆਰ ਹੁੰਦਾ ਸੀ ਇਸਰ ਬੱਚਿਆਂ ਨੂੰ ਬੜੇ ਸ਼ੌਕ ਹੁੰਦਾ ਸੀ ਤੇ ਮਲਮਲ ਦੇ ਦੁਪੱਟੇ ਸੂਤੀ ਦੁਪੱਟੇ ਜਿਹੜੇ ਨੇ ਇਸ ਤਰ੍ਹਾਂ ਚੌਣ ਲਏ ਜਾਂਦੇ ਸਨ ਤੇ ਬਾਕੀ ਜ਼ਿਆਦਾਤਰ ਤੇ ਖੁੱਲੇ ਹੀ ਲੈ ਜਾਂਦੇ ਸਨ ਦੁਪੱਟੇ ਤੇ ਫਿਰ ਉਹ ਵੀ ਔਰਤਾਂ ਘਰ ਜਿਹੜਾ ਰੰਗ ਵਾਲਾ ਕਰਨਾ ਜ਼ਿਆਦਾਤਰ ਘਰ ਕਰਦੀਆਂ ਸਨ ਫੇਰ ਜੇ ਬਾਰੂ ਹੀ ਕਿਸੇ ਨੂੰ ਕਰਵਾਣਾ ਤੇ ਬੰਦਿਆ ਦੀ ਡਿਊਟੀ ਲੱਗਦੀ ਸੀ ਫੇਰ ਬੰਦਿਆ ਨੂੰ ਕਹਿੰਦਾ ਲੋ ਵੀ ਇਹ ਰੰਗ ਵਾਲੇ ਨੂੰ ਦਿਆਓ ਤੇ ਸਾਨੂੰ ਛੇਤੀ ਚਾਹੀਦਾ ਹੈ ਸ਼ਾਦੀ ਤੇ ਚਾਹੀਦਾ ਕਿਸੇ ਦੇ ਖਾਸ ਕੋਈ ਗੋਟਾ ਕਿਨਾਰੀ ਲਾਣਾ ਵੀ ਤੇ ਉਹ ਦੁਪੱਟੇ ਫਿਰ ਰੰਗਾ ਕੇ ਫਰੋਦ ਉਸੇ ਹਿਸਾਬ ਦੇ ਨਾਲ ਤਿਆਰ ਕੀਤੇ ਜਾਂਦੇ ਸਨ ਅੱਛਾ ਅੱਛਾ ਲੈਸਾਂ ਲੱਗਦੀਆਂ ਸਤਾਰਿਆਂ ਵਾਲੀਆਂ ਗੋਟੇ ਲੱਗਦੇ ਸਨ ਕਿਰਨਾਂ ਦੀ ਸੀ ਜਿਹੜੀ ਕਿਰਨ ਲੱਗਦੀ ਸੀ ਤਾਂ ਮੁxtਲਿਫ ਚੀਜ਼ਾਂ ਲੱਗਦੀਆਂ ਸਨ ਲੇਕਿਨ ਹਵੇ ਉਸ ਜ਼ਮਾਨੇ ਚ ਤਕਰੀਬਨ ਤਕਰੀਬਨ ਹਰ ਸੂਰ ਦੇ ਨਾਲ ਦੁਪੱਟਾ ਟਾਈ ਕਰਵਾਇਆ ਜਾਂਦਾ ਸੀ ਕਿ ਫਿਰ ਉਹ ਜਿੱਤੇ ਥਾਨ ਆਂਦੇ ਸਨ ਦੁਪੱਟਿਆਂ ਦੇ ਤੇ ਉਹ ਫਿਰ ਕਟਿੰਗ ਕਰਕੇ ਜਿਵੇਂ ਕੋਈ ਸ਼ਾਦੀ ਹੈ ਨਾ ਤੇ ਇਕੱਠਾ ਹੀ ਥਾਨ ਮੰਗਾ ਲੈਂਦੇ ਸਨ ਲੋਕ ਤੇ ਚਲੋ ਬਈ ਉਹ ਦੁਪੱਟੇ ਕੱਟ ਲਵੋ ਤੇ ਫਿਰ ਉਹਨੂੰ ਸਾਰੀ ਕਤਰਨਾ ਬਣ ਕੇ ਇਕੱਠੇ ਪੇਚ ਦਵੋ ਇਸ ਤਰ੍ਹਾਂ ਸ਼ਾਦੀ ਵਿਆਹ ਤੇ ਥਾਨ ਹੀ ਖਰੀਦੇ ਜਾਂਦੇ ਸਨ ਵਕਤਾਂ ਵਕਤਾਂ ਜਿਹੜੇ ਲੋਕ ਲੈਂਦੇ ਸਨ ਉਹ ਫਿਰ ਇੱਕ ਦੁਪੱਟਾ ਲੈ ਲਿਆ ਬਾਜ਼ਾਰੋਂ ਜਾ ਕੇ ਚੰਗੀ ਤਰ੍ਹਾਂ ਜੱਡਜਟ ਦੇਖੀਏ ਕੀਤੀ ਵਾਈਟ ਦੁਪੱਟਾ ਲੈ ਕੇ ਫਿਰ ਕਤਰਨ ਬਣ ਕੇ ਤੇ ਰੰਗ ਰੇਜ਼ ਨੂੰ ਦਿੱਤਾ ਜਾਂਦਾ ਸੀ ਫਿਰ ਉਹ ਰੰਗਿਆ ਜਾਂਦਾ ਸੀ ਅੱਜ ਉਹ ਰੰਗ ਰੇਜ਼ ਦੀ ਮਿਲਣ ਲੱਗਦਾ ਜ਼ਰੂਰਤ ਨਹੀਂ ਹੈ ਨਾਇਾਬ ਜ਼ਮਾਨੇ ਤੋਂ ਬਦਲੇ ਨੇ ਹੁਣ ਇੰਨਾ ਕੁਝ ਬਦਲ ਗਿਆ ਹੈ ਕਿ ਰੰਗੇ ਰੰਗਾਈ ਦੁਪੱਟੇ 3 ਪੀਸ ਸੂਟ ਕੋਈ ਝੰਜਟ ਨਹੀਂ ਜਉ ਪੂਰਾ ਸੂਟ ਖਰੀਦੋ ਤੇ ਲਿਆ ਕੇ ਤੇ ਤੁਸੀਂ ਟੇਲਰ ਨੂੰ ਫੜਾ ਦੋ ਤੇ ਚਲੋ ਵੀ ਉਹਨੇ ਸੀ ਦੇਣਾ ਵੀ ਤੇ ਹੁਣ ਕੋਈ ਝੰਜਟ ਹੀ ਨਹੀਂ ਉਹ ਜ਼ਮਾਨੇ ਨਾਇਆਬ ਹੋਏ ਕਿ ਜਦੋਂ ਔਰਤਾਂ ਪੂਰਾ ਪੂਰਾ ਸੂਟ ਹੁੰਦਾ ਸੀ ਇੱਕੋ ਜਿਹਾ ਪ੍ਰਿੰਟਡ ਸੂਟ ਅਗਰ ਸਾਦੀ ਸ਼ਲਵਾਰ ਵੀ ਹੈ ਪਰ ਦੁਪੱਟਾ ਨਾਲ ਜ਼ਿਆਦਾਤਰ ਰੰਗਵਾਣਾ ਪੈਂਦਾ ਸੀ ਤੇ ਉਹ ਫਿਰ ਰੰਗ ਰੇਸ ਦੀ ਦੁਕਾਨ ਦੇ ਬਾਹਰ ਰੰਗ ਬਰੰਗੇ ਦੁਪੱਟੇ ਜੜੇ ਨੇ ਨਾ ਤੇ ਲਾਲ ਦੁਪੱਟਾ ਲਾਲ ਦੁਪੱਟਾ ਉੜ ਗਿਆ ਮੇਰਾ ਹਵਾ ਕੇ ਝੋਕੇ ਸੇ ਮੁਝ ਕੋ ਪਿਆਨੇ ਹਾਟ ਗਾਏ ਹਾਇਰ ਧੋਕੇ ਸੇ ਨਾ ਜਾਣ ਮੇਰਾ ਦਿਲ ਲੇਗਾ ਉਹ ਨਾ ਜਾਣ ਮੇਰੀ ਜਾਨ ਲੇਗਾ ਉਹ ਬਈ ਜਦ ਬੋਲੇਗੇ ਕਿ ਗਾਣਾ ਸੀ ਲਾਲ ਦੁਪੱਟੇ ਦੇ حوالے ਨਾਲ ਯਾਦ ਆ ਗਿਆ ਕਿ ਰੰਗ ਬਰੰਗੇ ਦੁਪੱਟੇ ਉਸ ਵੇਲੇ ਰੰਗਵਾਏ ਜਾਂਦੇ ਸਨ ਤੇ ਚਲੋ ਵੀ ਗੱਲ ਤੇ ਮੇਰੀ ਬੜੀ ਲੰਬੀ ਹੋ ਜਾਂਦੀ ਏ ਫਿਰ ਉਹ ਮਸਲਾ ਪਣ ਜਾਂਦਾ ਵੇ ਫਿਰ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਅਦਾ ਕਰਨੀ ਆ ਸਭ ਤੋਂ ਪਹਿਲੇ ਜਿਵੇਂ ਤੁਸੀਂ ਵੀਡੀਓ ਔਨ ਕਰਨੀ ਏ ਤੁਸੀਂ ਕਰ ਲੈਣਾ ਐਸਾ ਕਰਕੇ ਲਾਈਕ ਜ਼ਰੂਰ ਕਰ ਦਿਆ ਕਰੋ ਪਰ ਜਿੰਨੇ ਲੋਕ ਤੁਸੀਂ ਦੇਖਤੇ ਹੋ ਪਲੀਜ਼ 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 ਕਮੈਂਟ ਜ਼ਰੂਰ ਕਰਿਆ ਕਰੋ ਕਿ ਮੈਨੂੰ ਬੜੀ ਖੁਸ਼ੀ ਹੋ ਦੀ ਜੇ ਮੈਂ ਦੇਖ ਲਈ ਕੋਈ ਕਮੈਂਟ ਆਇਆ ਨਾ ਮੈਂ ਵੀ ਬੜੀ ਖੁਸ਼ ਹੋ ਜਾਨੀ ਹਾਂ ਉਸ ਮੱਤ ਲਾ ਦਿੰਦੀ ਕਮੈਂਟ ਦਾ ਢੇਰ ਉਸ ਮੱਤ ਤੋਂ ਕੋਈ ਵੀ ਮੈਨੂੰ ਗਿਲਾਸ਼ਿਕਵਾ ਨਹੀਂ ਹੈ ਤੇ ਬਾਕੀ ਤੁਸੀਂ ਸਾਰੇ ਵੀ ਮੇਰੇ ਨਾਲ ਅਸੀਂ ਇੱਕ ਦੂਸਰੇ ਨਾਲ ਜੁੜੀਏ ਆਪਣੀ ਬਚਪਨ ਦੀ ਯਾਦਾਂ ਦੇ ਹਵਾਲੇ ਦੇ ਨਾਲ ਅਸੀਂ ਇੱਕ ਦੂਸਰੇ ਆਪਣੇ ਸ਼ੇਅਰ ਕਰੀਏ ਜੇ ਮੈਂ ਚਲਨੀ ਆ ਫਿਰ ਇਨਸ਼ਾਅੱਲਾ ਅਸੀਂ ਇੱਕ ਨਵੀਂ ਯਾਦ ਦੇ ਨਾਲ ਮਿਲਾਂਗੇ ਨਵੀਂ ਜਿਹੀ ਕਿਉਂਕਿ ਉਹ ਨਾ ਜ਼ਮਾਨੇ ਆਦਾ ਸੀ ਜ਼ਿਕਰ ਕਰਦੇ ਰਹਿਣਾ ਵੇ ਫਿਰ ਉਹ ਜ਼ਮਾਨੇ ਜ਼ਿੰਦਾ ਰਹਿਣਗੇ ਕਿਸੇ ਦੇ ਦਿਲਾਂ ਵਿੱਚ ਕਿਸੇ ਦੇ ਹਾਸੇ ਦੀ ਆਵਾਜ਼ ਕਿਸੇ ਬੱਚੇ ਨੂੰ ਪਤਾ ਚੱਲੇਗਾ ਕਿ ਕਿਸ ਤਰ੍ਹਾਂ ਸਾਡੇ ਹੁਣ ਬੱਚਿਆਂ ਨੂੰ ਨਹੀਂ ਪਤਾ ਮੈਨੂੰ ਦੱਸਦੀ ਰਹਿਣੀ ਆ ਕਿ ਇਹ ਸਾਂ ਦੁਬੱਟੇ ਰੰਗਵਾਉਂਦੇ ਸਾਂ ਇਸ ਤਰ੍ਹਾਂ ਕਰਦੇ ਸਾਂ ਉੱਚ ਨਾਲ ਕੋ ਸਤੇ ਅਸੀਂ ਇੱਕ ਚੀਜ਼ ਮੰਤਕਲ ਕਰੀਏ ਨਾ ਅਗਲੀ ਜਨਰੇਸ਼ਨ ਨੂੰ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਤੇ ਕਰੀਏ ਕਿ ਜ਼ਮਾਨੇ ਇਸ ਤਰ੍ਹਾਂ ਮੰਤਕਲ ਹੁੰਦੇ ਨੇ ਅਸੀਂ ਜਿਹੜੇ ਕਿਸੇ ਸੋਨੇ ਉਠਾਂ ਤੇ ਲੋਕ ਸਫਰ ਕਰਦੇ ਸਨ ਤੇ ਉਠਾਂ ਵਾਲੇ ਉਹ ਬਲੋਚੋ ਸਾਨੂੰ ਜਾਇਓ ਦੱਸ ਕੇ ਅਸਾਂ ਕੰਠਾ ਵੀ ਕਰਾਇਆ ਟਾਡੇ ਸ਼ਹਿਰ ਵਸ ਕੇ ਤੇ ਇਸ ਤੋਂ ਅਧਿਕ ਗਾੜਾ ਵੀ ਹੁੰਦਾ ਸੀ ਸ਼ਾਦੀਆਂ ਤੇ ਗਾਣੇ ਸਾਂ ਤੇ ਇਸ ਤਰ੍ਹਾਂ ਜਿਹੜੇ ਊਠਾਂ ਤੇ ਲੋਕ ਸਫ਼ਰ ਕਰਦੇ ਸਨ ਤਾਰੇ ਦੇਖ ਕੇ ਟਾਈਮ ਕਰਦੇ ਸਨ ਜਿਹੜੇ ਲੋਕ ਘੜੀ ਦਾ ਪਤਾ ਨਹੀਂ ਸੀ ਜਿਹੜੇ ਲੋਕ ਲੱਕੜ ਬਾਲਦੇ ਸਨ ਇਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਆਪਣੇ ਬੜਿਆਂ ਕੋ ਸੁਣੀਆਂ ਤੇ ਸਾਨੂੰ ਪਤਾ ਚੱਲੇ ਆ ਕਿ ਉਹ ਜ਼ਮਾਨੇ ਵੀ ਹੈਗੇ ਸਨ ਬਿਲਕੁਲ ਹੈਗੇ ਸਨ ਉਹ ਨਹੀਂ ਹੈ ਕਿ ਕੋਈ ਕੋਈ ਅਸੀਂ ਹਵਾਈ ਗੱਲ ਕਰ ਰਹੇ ਹਾਂ ਹੇਗੇ ਸਮਾ ਜ਼ਮਾਨੇ ਪਰ ਸਾਨੂੰ ਕਿਸ ਤਰ੍ਹਾਂ ਪਤਾ ਚੱਲੇ ਕਿ ਸਾਡੇ ਬੜਿਆਂ ਨੇ ਸਾਨੂੰ ਕਿਸੇ ਸੁਣਾਇ ਇਸੇ ਤਰ੍ਹਾਂ ਅਸੀਂ ਵੀ ਇਸ ਜ਼ਮਾਨੇ ਨੂੰ ਇਸ ਅਹਦ ਨੂੰ ਇਸ ਆਪਣੀ ਮੈਮੋਰੀਜ਼ ਨੂੰ ਆਪਣੇ ਦੂਸਿਆਂ ਤੱਕ ਮੁਨਤਕਿਲ ਕਰਨਾ ਹੈ ਕਿ ਸਾਡੇ ਬਚਪਨ ਚ ਆਉਂਦਾ ਸੀ ਸਾਡੀ ਚਾਈਲਡਹੂਡ ਮੈਮੋਰੀਜ਼ ਜਿਹੜੀਆਂ ਸੀ ਦੂਸਰੇਆਂ ਨੂੰ ਹੁਨਤਕਿਲ ਕਰਨੀਆਂ ਨੇ ਦੱਸਣਾ ਵੀ ਜ਼ਮਾਨਿਆਂ ਨੂੰ ਜ਼ਿੰਦਾ ਰੱਖਣਾ ਮਕਸਦ ਹੈ ਵੀ ਕਿ ਜ਼ਮਾਨੇ ਨੂੰ ਅਸੀਂ ਜ਼ਿੰਦਾ ਰੱਖਣਾ ਤੇ ਹੁਣ ਤੇ ਚੱਲ ਨਹੀਂ ਆ ਇਹ ਇਨਸ਼ਾਅੱਲਾ ਮਿਲਾਂਗੇ ਇਸੇ ਨਵੀਂ ਗੱਲ ਦੇ ਨਾਲ ਨਵੀਂ ਯਾਦ ਦੇ ਨਾਲ ਅਸੀਂ ਭੁੱਲਣਾ ਨਹੀਂ ਹੈ ਅਸੀਂ ਆਪਣੇ ਜ਼ਮਾਨੇ ਨੂੰ ਯਾਦ ਕਰਦੇ ਰਹਿਣਾ ਵੀ ਕਿਉਂ ਭੁੱਲੀ ਆਪਣੇ ਜ਼ਮਾਨਿਆਂ ਨੂੰ ਭੁੱਲੀ ਹੋਈ ਹੁਦਾਸ ਤਾ ਗੁਜ਼ਰਾ ਹੋਆ ਖਿਆਲ ਹੂੰ ਭੁੱਲੀ ਹੋਈ ਹੁਦਾਸ ਤਾ ਗੁਜ਼ਰਾ ਹੋਆ ਖਿਆਲ ਹੂੰ ਜਿਸ ਕੋ ਨਾ ਤੁਮ ਸਮਝ ਸਕੇ ਮੈਂ ਸਾਇਕ ਖਿਆਲ ਹੂੰ भूली हुई हुदासता गुजरा हुआ ख्याल हूँ लो भाई अमरूद खान लगी मैं हम्म बड़ा मजा तो फिर मिलते तेरा पर रखा